ਜਿੱਥੇ ਤੱਕ ਜਾਣਾ ਪਿਆ ਇਹਨਾਂ ਦੇ ਘਰਾਂ ਤੱਕ ਵੜ ਜਾਵਾਂਗਾ ਮੈਂ ਜੇ ਇਹਨਾਂ ਨੇ ਮੇਰੇ ਕਿਸੇ ਵਰਕਰ ਨੂੰ ਤੰਗ ਕੀਤਾ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਨੇ ਮੈਂ ਇਹਨਾਂ ਅਫਸਰਾਂ ਨੂੰ ਇਹ ਗੱਲ ਕਹਿਣਾ ਆਪਣੇ ਲਾਤਾਂ 'ਚ ਜਾਨ ਰੱਖੋ ਤੇ ਸਾਨੂੰ ਮਜਬੂਰ ਨਾ ਕਰੋ ਕਿ ਮੈਂ ਉਸ ਲੈਵਲ ਤੱਕ ਥੱਲੇ ਆਵਾਂ ਕਿ ਜਿੱਥੇ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਤੇ ਜੇ ਪੋਲਿਟੀਕਲ ਵੈਂਡੈਟਾ ਮੈਨੂੰ ਸਿਖਾਉਣ ਦੇ ਆ ਤੇ ਮੈਂ ਇਹੋ ਜੀ ਯਾਦ ਇਹਨਾਂ ਨੂੰ ਸਿਖਾਵਾਂਗਾ ਕਾ ਕਿੜੀਆਂ ਨੂੰ ਕਹਿ ਜਾਣਗੇ ਵੀ ਪੋਲਿਟੀਕਲ ਵੈਂਡੈਟਾ ਨਹੀਂ ਕਰਨਾ ਇਹ ਸਰਕਾਰ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਇਹ ਕਾਮਬੰਦੇ ਨਾ ਧੱਕਾ ਹੋ ਰਹੇ ਦੇ ਕ ਐਮਐਲਏ ਨੂੰ ਮੌਜੂਦਾ ਐਮਐਲਏ ਸਰਕਾਰ ਚ ਨਹੀਂ ਤੇ ਪਰ ਮੈਨੂੰ ਲੋਕਾਂ ਨੇ ਵਿਧਾਨ ਸਭਾ ਚ ਭੇਜਿਆ ਤੇ ਮੈਨੂੰ ਅੱਜ ਇੱਥੇ ਸੜਕ ਦੇ ਉੱਤੇ ਢਾਬੇ ਦੇ ਸਾਹਮਣੇ ਬੈਠਣਾ ਪਿਆ ਪੂਰੀ ਰਾਤ ਔਰ ਇੱਕ ਉਸ ਬੰਦੇ ਕਰਕੇ ਜਿਹਦਾ ਵਿਚਾਰੇ ਦਾ ਜਿਹੜਾ ਮਿਹਨਤ ਕਰਕੇ ਰੋਟੀ ਖਾਂਦਾ ਕੋਈ ਕਹਿ ਦਿੰਦਾ ਜੀ ਇਹ ਜੀ ਫਲਾਣਾ ਇਹਦਾ ਤੇ ਇਹਦੇ ਤੇ ਮਹਿਲ ਖੜੇ ਨੇ ਇਹਦੇ ਉਹ ਭਾਈ ਸਾਹਿਬ ਗਰੀਬ ਬੰਦੇ ਦਾ ਜਿਹੜਾ ਨਾ ਮਿਹਨਤ ਜਦੋਂ ਸਵੇਰੇ 3 ਵਜੇ ਉੱਠ ਕੇ ਤੇ ਉਹ ਆਪ ਦੀ ਕਿਰਤ ਕਰਦੇ ਨੇ ਸਾਰਾ ਟੱਬਰ ਲੱਗੇ ਹੁੰਦੇ ਆ ਤੇ ਜੇ ਕੋਈ ਮਿਹਨਤ ਕਰਕੇ ਬੰਦਾ ਆਪਣੀ ਰੋਟੀ ਖਾਂਦਾ ਗੱਲ ਉਹ ਨਹੀਂ ਆ ਗੱਲ ਤੇ ਇੰਨੀ ਕੀ ਆ ਸਿਰਫ ਕਿ ਜਿਹੜਾ ਤੀਜੇ ਨੰਬਰ ਤੇ ਕੋਈ ਬੰਦਾ ਇੱਥੋਂ ਆਇਆ ਉਹ ਕਹਿੰਦਾ ਵੀ ਤੂੰ ਪਾੜੇ ਨੂੰ ਹਾਰ ਪਾਇਆ ਗੱਡੀ ਰੋਕ ਕੇ ਢੋਲ ਵਜਾਇਆ ਤੇ ਤੰਨੂੰ ਨਹੀਂ ਮਾ ਛੜਨਾ ਮੈਂ ਤੇ ਹਾਰਿਆ ਹੀ ਤੇਰੇ ਕਰਕੇ ਆ ਜਾਂ ਤੇ ਉਹਦੇ ਕੋਈ ਜਿਹੜੀ ਫਿਗਰ ਆਈ ਆ ਉਹ ਇਹ ਆ ਵੀ 3-400 ਨਾਲ ਤੂੰ ਹਾਰਿਆ ਤੇ ਤੰਨੂੰ ਜਲਵੇ ਨਹੀਂ ਹਰਾਤਾ ਭਾਈ ਸਾਹਿਬ 15000 ਨਾਲ ਹਾਰੇ ਹੋ ਤੁਸੀਂ ਤੇ ਇਸ ਕਰਕੇ ਇਹ ਇਹ ਕਹਿਣਾ ਕਿ ਜੀ ਮੈਂ ਤੇ ਇਹਦਾ ਹੀ ਢਾਊਗਾ ਮੈਂ ਕਹਿਣਾ ਕਿ ਯਾਰ ਢਾਓ ਪਰ ਡੀ ਐਫਓ ਜੰਗਲਾਤ ਵਾਲਿਆਂ ਨੂੰ ਮੈਂ ਕਹਾਂਗਾ ਆਪਦੇ ਦਫ਼ਤਰ ਤੋਂ ਬਾਹਰੋਂ ਸ਼ੁਰੂ ਹੋਵੋ ਸਾਰੇ ਸ਼ਹਿਰ ਨਹੀਂ ਸਾਰੇ ਪੰਜਾਬ 'ਚ ਨਹੀਂ ਹਿੰਦੁਸਤਾਨ ਦੇ ਵਿੱਚ ਲੋਕ ਰੋਜ਼ੀ ਰੋਟੀ ਕਮਾਉਂਦੇ ਆ ਛੱਡਾਂ ਦੇ ਸੜਕਾਂ ਦੇ ਉੱਤੇ ਲਾ ਕੇ ਖੋਖੇ ਤੇ ਅੱਜ ਇਹ ਕੱਲਾ ਇੱਕ ਖੋਖਾ ਆ ਮਗਰ ਮਾਰ ਹੋ ਜਾਂਦੀ ਅੱਜ ਭਾਏ ਦਾ ਐਡਾ ਮੋਟਾ ਲੱਗਾ ਅੱਜ ਭਾਏ ਦੇ ਲੱਗੇ ਇਹਦੇ ਪਿੱਛੇ ਜਾ ਕੇ ਜੀ ਉਹਨੇ ਖੋਖਾ ਲਾ ਲਿਆ ਤੇ ਕੀ ਆ ਇਸ ਬੰਦੇ ਨੇ ਕਿਹੜਾ ਗੁਨਾਹ ਕਰਤਾ ਗੁਨਾਹ ਆ ਕਿ ਬਰਿੰਦਰ ਮੀਤ ਸਿੰਘ ਪਾੜੇ ਨੂੰ ਜਿਹੜੀ ਇਹਨੇ ਵੋਟ ਪਾਤੀ ਤੇ 17 ਸਾਲਾਂ ਤੋਂ ਇੱਥੇ ਲੱਗਾ ਹੋਕਾ ਮੈਂ ਫੇਰ ਇਸ ਦੀ وکਾਲਤ ਨਹੀਂ ਕਰਦਾ ਕਿ 17 ਸਾਲ ਦਾ ਲੱਗਾ ਤੇ ਲੱਗਾ ਰਹਿਣ ਦੋ ਮੈਂ ਕਹਿੰਦਾ ਚੁੱਕ ਦਿਓ ਪਰ ਉਧਰੋਂ ਸ਼ੁਰੂ ਹੋਵੋ ਡੀਐਫਓ ਸਾਹਿਬ ਆਪਣੇ ਦਫ਼ਤਰ ਤੋਂ ਸ਼ੁਰੂ ਹੋਣ ਤੇ ਉਥੋਂ ਰੋਡ ਵਾਈਜ਼ ਮੈਂ ਆਟੇ ਵੀ ਪਾਵਾਂਗਾ ਹੁੰਦੀ ਐਫਓ ਨੂੰ ਵੀ ਮੈਨੂੰ ਦੱਸਿਆ ਜਾਏ ਵੀ ਇੱਥੇ ਜਿਹੜੇ ਤੁਹਾਡੇ ਸ਼ਹਿਰ ਦੇ ਵਿੱਚ ਗੁਰਦਾਸਪੁਰ ਚ ਕਿੰਨੇ ਖੋਕੇ ਤੁਹਾਡੇ ਜੰਗਲਾਤ ਦੇ ਵਿੱਚ ਨੇ ਤੇ ਕਿੰਨੇ ਤੁਸੀਂ ਜਿਹੜੇ ਚਕਾਇਆ ਚਕਾ ਰਹੇ ਉਹ ਤੇ ਕਿੰਨੇ ਚਕਾਓਗੇ ਤੇ ਜੇ ਨਹੀਂ ਕੋਈ ਹੈਗੇ ਤੇ ਜੇ ਕੱਲਾ ਜਾਈਆ ਤੇ ਮੈਨੂੰ ਲਿਖਤੀ ਦੇ ਦੇਣ ਵੀ ਇਹ ਕੱਲਾ ਹੀ ਆ ਇਸ ਕਰਕੇ ਲੋਕ ਇਹਨਾਂ ਦੇ ਖਿਲਾਫ ਉੱਦੇ ਲੋਕ ਉਤਰੇ ਹੀ ਉਹ ਤੇ ਮੈਂ ਹੁਣ ਮੈਂ ਕੀ ਨਾਂ ਲਵਾਂ ਸਵੇਰੇ ਸਵੇਰੇ ਜਿਹੜਾ ਇੱਕ ਅੱਦੇ ਚੈਨਲ ਵਾਲਾ ਉਹ ਪਰਲੇ ਬੰਨਿਓ ਲਿਆ ਕੇ ਜਿਹੜਾ ਐਮਸੀ ਦੀ ਇਲੈਕਸ਼ਨ ਆ ਰਿਹਾ ਸੀਗਾ ਉਹ ਆਇਆ ਸੀ ਤੇ ਖੋਖਰ ਪਿੰਡ ਦੇ ਬੰਦੇ ਆਏ ਇੱਥੇ ਜਾਣ ਕੇ ਉਹ ਜਿੰਨੇ ਮਰਜੀ ਆ ਰਹੇ ਇੱਥੇ ਆ ਜਣ ਮੈਂ ਇਹਦੇ ਨਾਲ ਧੱਕਾ ਨਹੀਂ ਹੁੰਦਣਾ ਜਿਹੜੇ ਉਹ ਵਿੱਚ ਆਏ ਆ ਨਾ ਜਿਹੜੇ ਆਪ ਦਾ ਮੋਢਾ ਵਰਤਣ ਦੇ ਆ ਜੇ ਪੋਲੀਟਿਕਲ ਵੈਂਡਾਟਾ ਮੈਨੂੰ ਸਿਖਾਉਣ ਰਿਹਾ ਤੇ ਮੈਂ ਇਹੋ ਜੀ ਯਾਦ ਇਹਨਾਂ ਨੂੰ ਸਿਖਾਵਾਂਗਾ ਕਾਂ ਪੀੜ੍ਹੀਆਂ ਨੂੰ ਕਹਿ ਜਣਗੇ ਵੀ ਪੋਲੀਟਿਕਲ ਵੈਂਡਾਟਾ ਨਹੀਂ ਕਰਨਾ ਤੇ ਇਹ ਗੱਲ ਭੁਲੇਖੇ ਕੱਢ ਦੇਣ ਜਿਹੜੇ ਅੱਜ ਕੈਮਰੇ ਗਾੜੀ ਆਣ ਕੇ ਤੇ ਇੱਕ ਗਰੀਬ ਬੰਦੇ ਦੇ ਖਿਲਾਫ ਕੜੇ ਹੋਣਦੇ ਆ ਇੱਥੇ ਇੱਕ ਸੜਕ ਤੋਂ ਕੋਈ ਇੱਕ ਸੜਕ ਦਾ ਨਾਮ ਲੈ ਦੇਣ ਜਿੱਥੇ ਕਹਿ ਦੇਣ ਵੀ ਜੀ ਇੱਥੇ ਕੋਠੇ ਨਹੀਂ ਇਹ ਕੱਲੇ ਦਾ ਹੀ ਆ ਉਹ ਇਹ ਉਹਨਾਂ ਲੋਕਾਂ ਦੀਆਂ ਗੱਲਾਂ ਜਿਹੜੀਆਂ ਨਾ ਉਹਨਾਂ ਦੇ ਦਸਾਂ ਟਾਈਮ ਆਊਗਾ ਤੇ ਇਹਨਾਂ ਕੱਲੇ ਕੱਲੇ ਦੇ ਫੋਟੋਆਂ ਹਰਕਾਂ ਜੇਬ 'ਚ ਹੀ ਪਾਉਣ ਦੇ ਆ ਮੈਂ ਵੀ ਇਹਨਾਂ ਜਸ ਸਰਕਾਰੇ ਆ ਮੈਨੂੰ ਜਿਹੜਾ ਬੰਦਾ ਹੁਣ ਆਪਦਾ ਮੋਢਾ ਦੇ ਰਿਹਾ ਚਾਹੇ ਉਹ ਕਿਸੇ ਮੇਰੇ ਪਿੰਡ ਚ ਸਰਪੰਚ ਨੂੰ ਚਾਹੇ ਕਿ ਮੈਂਬਰ ਪਚਾਇਨ ਨੂੰ ਤੰਗ ਕਰ ਰਿਹਾ ਮੈਂ ਇੰਨੀ ਗੱਲ ਦੱਸ ਦਿੰਨਾ ਅੱਜ ਇੱਥੇ ਘਰਾਤ ਸੁੱਤਾ ਨਾ ਮੈਂ ਚੈਲੰਜ ਕਰਦਾ ਐਸੋ ਜੀ ਭਾਜੀ ਮੋੜਾਂਗਾ ਇਹੋ ਜੀ ਭਾਜੀ ਮੋੜਾਂਗਾ ਯਾਦ ਰੱਖੇਗਾ ਇਹ ਲੀਡਰ ਔਰ ਮੈਂ ਕੇ ਵਰਕਰ ਨੂੰ ਤੰਗ ਨਹੀਂ ਕਰਾਂਗਾ ਫੇਰ ਕਹੀ ਨਾ ਹੱਥ ਪਾਉਂਗਾ ਬਰਾਬਰ ਦੇ ਨੂੰ ਪਾਵਾਂਗਾ ਯਾਨੀ ਕਿ ਇੱਕ ਜਿਹੜੀ ਐ ਸਥਿਤੀ ਗੁਰਦਾਸ ਗਲੇ ਚ ਆਵਾਜ਼ ਨਹੀਂ ਉਦੋਂ ਨਿਕਲਦੀ ਇਹਨਾਂ ਲੋਕਾਂ ਦੇ ਇਹ ਕਹਿੰਦੇ ਜਮਹੂਰੀਅਤ ਦਾ ਕਤਲ ਹੋ ਗਿਆ ਕਿ ਆ ਕੀ ਆ ਮੈਨੂੰ ਲੋਕਾਂ ਜਿੱਤਕਾ ਕੇ ਵਿਧਾਨ ਸਭਾ ਚ ਭੇਜਿਆ ਇਹਨਾਂ ਨੂੰ ਘਰ ਬਿਠਾਇਆ ਤੇ ਅਜ ਜਮਹੂਰੀਅਤ ਦਾ ਕਤਲ ਇਹ ਆਪ ਕਰ ਰਹੇ ਆ ਕਿਹੜੀ ਜਮਹੂਰੀਅਤ ਦੀਆਂ ਗੱਲਾਂ ਕਰਦੇ ਆ ਮੈਂ ਭਗਵੰਤ ਮਾਨ ਜੀ ਨੂੰ ਕਹਾਂਗਾ ਲੋਕਾਂ ਨੇ ਤੁਹਾਨੂੰ 92 ਐਮ ਐਲ ਏ ਦਿੱਤੇ ਆ ਜਿਤਾ ਕੇ ਲੋਕਾਂ ਨੇ ਬਦਲਾ ਵਾਸਤੇ ਤੁਹਾਨੂੰ ਉੱਥੇ ਵਿਧਾਨ ਸਭਾ ਚ ਭੇਜਿਆ ਬਦਲਾ ਵਾਸਤੇ ਪੰਜਾਬ ਦੀ ਵਾਗ ਡਰ ਫੜਾਈ ਆ ਆ ਹਾਰੇ ਹੋਏ ਤੀਜੇ ਤੀਜੇ ਨੰਬਰ ਵਾਲੇ ਜਿਹੜੇ 5 ਸਾਲ ਮਲਾਈਆਂ ਕਾਂਗਰਸ ਚ ਖਾ ਗਏ ਬਾਅਦ ਤੁਸੀਂ ਇਹਨੂੰ ਟਿਕਟ ਦੇ ਦਿੱਤੀਆਂ ਔਰ ਉਹਨਾਂ ਲੋਕਾਂ ਤੋਂ ਬਾਝੋ ਆਉਣ ਵਾਲਾ ਸਮਾਂ ਜੇ ਦੁਬਾਰਾ ਕਿਤੇ ਤੁਸੀਂ ਚੰਗੇ ਕੰਮ ਕਰੋਗੇ ਤੇ ਲੋਕ ਤੁਹਾਨੂੰ ਵੋਟਾਂ ਪਾਦਣਗੇ ਤੇ ਜੇ ਆ ਆ ਹੁਣੇ ਹੀ ਕਰਤੂਤਾਂ ਸਰਕਾਰ ਇਹ ਕਰਨ ਲੱਗੀ ਇਹਨਾਂ ਦੇ ਆ ਬੰਦੇ ਜਿਹੜੇ ਤੀਜੇ ਤੀਜੇ ਨੰਬਰ ਤੇ ਆਏ ਆ ਇਹ ਆਣ ਕੇ ਤੇ ਇਹ ਮੈਂ ਤੇ ਹੈਰਾਨ ਹਾਂ ਇਸ ਗੱਲ ਤੇ ਆ ਇੱਥੋਂ ਦੇ ਜਿਹੜੇ ਆ আইএস ਆਈ ਪੀ ਐਸ ਡੀ ਐਫਓ ਇਹ ਉਹ ਲੋਕ ਨੇ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਔਰ ਮੈਂ ਇਹਨਾਂ ਆਫੀਸਰਸ ਨੂੰ ਕਦੇ ਗਲਤ ਕੰਮ ਨਹੀਂ ਕਿਹਾ ਕਿਸਦਾ ਮੀਟਰ ਕੱਟਣ ਲਈ ਕਿਸਦਾ ਖੋਖਾ ਚੱਕਣ ਲਈ ਅੱਜ ਬਦਕਿਸਮਤੀ ਹੈ ਨਾ ਲੋਕ ਅਫਸਰਾਂ ਦੇ ਲੱਤਾਂ 'ਚ ਜਾਣੀਆਂ ਨਹੀਂ ਜਿਹੜਾ ਅਫਸਰ ਇੱਥੇ ਨਹੀਂ ਉੱਥੇ ਲੱਗ ਜੂ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਨੇ ਮੈਂ ਇਹਨਾਂ ਅਫਸਰਾਂ ਨੂੰ ਇਹ ਗੱਲ ਕਹਿਣਾ ਆਪਣੇ ਲਾਤਾਂ 'ਚ ਜਾਨ ਰੱਖੋ ਤੇ ਸਾਨੂੰ ਮਜਬੂਰ ਨਾ ਕਰੋ ਕਿ ਮੈਂ ਉਸ ਲੈਵਲ ਤੱਕ ਥੱਲੇ ਆਵਾਂ ਕਿ ਜਿੱਥੇ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਤੇ ਮੈਂ ਨਹੀਂ ਚਾਹੁੰਦਾ ਮੈਂ ਇਹ ਚਾਹੁੰਦਾ ਕਿ ਤੁਹਾਡੀ ਸਪੋਰਟ ਕਰਾਂਗਾ ਪਰ ਇੱਕ ਬੰਨੇ ਤੋਂ ਸ਼ੁਰੂ ਹੋਵਾਂ ਮੈਂ ਬਿਲਕੁਲ ਸਪੋਰਟ ਕਰਾਂਗਾ ਇਹਨਾਂ ਦੀ ਪਰ ਜੇ ਇਦਾਂ ਕਹੋ ਵੀ ਇਹਦੇ ਕੱਲੇ ਨੂੰ ਆਣ ਕੇ ਟਾਰਗੇਟ ਕਰਾਂਗਾ ਮੈਨੂੰ ਪਤਾ ਲੱਗ ਗਿਆ ਸੀਗਾ ਵੀ ਸਵੇਰੇ 4 ਵਜੇ ਇਹਨਾਂ ਨੇ ਢਾਉਣਾ ਜੀ 5 ਵਜੇ ਢਾਉਣਾ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਵੇਰੇ ਐਮਐਲਏ ਨਹੀਂ ਆਉਣਾ ਤੇ ਮਨੇਰੇ ਢਾ ਦਿਓ ਕਿੱਡਾ ਕੇ ਪਾਕਿਸਤਾਨੋਂ ਆਇਆ ਬੰਦਾ ਯਾਰ ਐਡਾ ਐਡਾ ਵੀ ਕੋਈ ਮੈਂ ਸਿਸਟਮ ਵੇਖਿਆ ਵੀ ਜਾ ਕੇ ਜੀ 4 ਵਜੇ ਹਮਲਾ ਕਰ ਦਿਓ ਤੇ ਇਹ ਮੈਂ ਫਿਰ ਇੱਥੇ ਰਾਤ 10 ਵਜੇ ਆ ਗਿਆ ਆਪਣੇ ਸਾਰੇ ਮੇਰੇ ਸਾਥੀ ਵਰਕਰ ਇਦਾਂ ਬੈਠੇ ਆ ਰਾਤ ਦੇ ਨਾ ਹੀ ਸੁੱਤੇ ਆ ਇਦਾਂ ਬੈਠੇ ਆ ਵਰਕਰ ਪਿੱਛੇ ਜਾਨ ਦੇ ਦੇਗਾ ਮਤ ਭਲੇਖਾ ਰੱਖੇ ਜਿਹੜੇ ਘਰਾਂ 'ਚ ਬੈਠਾ ਪਿੱਛੋਂ ਬੈ ਕੇ ਚਲਾਉਣ ਦੇ ਆ ਜਾਨ ਦੇ ਦੂੰ ਵਰਕਰ ਪਿੱਛੇ ਜਿੱਥੇ ਤੱਕ ਜਾਣਾ ਪਿਆ ਇਹਨਾਂ ਦੇ ਘਰਾਂ ਤੱਕ ਵੜ ਜਾਵਾਂਗਾ ਮੈਂ ਜੇ ਇਹਨਾਂ ਨੇ ਮੇਰੇ ਕਿਸੇ ਵਰਕਰ ਨੂੰ ਤੰਗ ਕੀਤਾ ਮੈਂ 15 ਦਿਨ ਤੋਂ ਇਹਨਾਂ ਦੀ ਸ਼ਕਲ ਲਲ ਵੇਖ ਰਹੀ ਆ ਕਿ ਕਿਸੇ ਬੰਦੇ ਨੂੰ ਤੰਗ ਨਾ ਕਰਨ ਪਰ ਜੇ ਕਿਤੇ ਇਹਨਾਂ ਨੂੰ ਭਲੇਖਾ ਮੈਂ ਕੱਟ ਦੂੰ ਛੇਤੀ